अज दूसरा दिन है, कल आएगी बाडी वो, फिर कल दाह संस्कार किया जाए। कहते मैं फॉरवर्ड जा रहा कि उत्थे नेटवर्क वगैरह नहीं है, तो घरदियां दा ख्याल रखी, उत्थे कुछ नहीं इदां दा, उत्थे गल्लबात है। मैसेज हम की कह सकते, जो सानू उत्थे उन्होंने दस्सिया, सानू तां दस्सिया वी पैर फिसल गया ते उत्थे बस बर्फ तों सट लग गई है, ते बाकी हुण क्या कह सकते असीं। क्या नमस्कार, तुम देख रहे हो पंजाब टीवी प्राइम। जिला रोपड़ की तहसील मंडल के अंतर्गत आंदा पिंड तरफ मजारी का जतेंद्र कुमार सिक्कम बॉर्डर उत्ते शहीद हो गया है। शहीद के परिवारक मैंबर ने दसिया कि उन्होंने यूनिट तो फोन आता है कि उन्होंने बेटा देश लई शहीद हो गया है, जिस तो बाद पूरे पिंड सन्नाटा छा गया है। उत्थे ही शहीद के पिता को मान है कि उसका बेटा देश के लिए शहीद होया है, उसने अपने परिवार और पिंड का नाम सुनहरी अक्षरों के लिखवा दिता है। तुम्हें दसदे हैं कि शहीद जतेंद्र कुमार अपने पिछे अपने माता पिता, दो भरा, अपनी पत्नी के डेढ़ साल की बच्चे को छड गए हैं। शरीर का पार्थिव शरीर कल सवेरे उन्होंने जद्दी पिंड तनफ मजारी विखे पहुंचेगा, जिस तो बाद पूरे सम्मान के नाल शहीद का अंतिम संस्कार किया जाएगा। दस दिन है कि शहीद जतेंद्र कुमार सिक्कम बॉर्डर पर अपनी ड्यूटी कर रहे थे, तो जिथे बर्फ के पैर फिसलने नाल उन्होंने सट लग गए, तो जिस तो बाद शहीद हो गए। नंगल तो पंजाब टीवी प्राइम दिल्ली केश राणा की रिपोर्ट। देश लिए शहीद हो गया जी। मेरा नाम राजेश कुमार है। मैं सवेरे पता लग्या, मैनू जो ड्यूटी पर मतलब सो रहा था, मैंने ठाल के दस्या मेरे पलटून हौलदार ने कि तेरा भरा उन्नी पंजाब विच है, कि वो हुण नहीं रहे इस दुनिया च। तो बस फिर उस तो बाद मैनू छुट्टी भेजता उन्हें। संस्कार जी परसों की डेथ हुई है शाम की, अज दूसरा दिन है, कल आएगी बाडी ओदी, फिर कल दा संस्कार किया जाएगा। ਤੁਸੀਂ ਦੋਨੋਂ ਭਰਾ ਦੇਸ਼ ਦੀ ਸੇਵਾ ਕਰ ਰਹੇ ਭਾਅ ਜੀ, ਹੁਣ ਤੁਹਾਡੇ ਵੱਡੇ ਭਰਾ ਸੀਗੇ ਉਹ ਦੇਸ਼ ਦੀ ਸੇਵਾ ਔਨ ਡਿਊਟੀ ਸੀਗੇ ਜਦੋਂ, ਤਾਂ ਕਿਵੇਂ ਲੱਗ ਰਿਹਾ ਤੁਹਾਨੂੰ, ਕਿਉਂਕਿ ਤੁਸੀਂ ਵੀ ਔਨ ਡਿਊਟੀ ਰਹਿੰਦੇ ਹੋ ਫੌਜ 'ਚ? ਫੌਜ ਦੀ ਨੌਕਰੀ ਹੈ ਜੀ, ਕੁਛ ਨਹੀਂ ਦੱਸ ਸਕਦੇ, ਕੁਛ ਵੀ ਹੋ ਸਕਦਾ, ਸਾਡੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਕਿਉਂਕਿ ਤੁਸੀਂ ਵੀ ਉਸ ਪੁੰਜ ਬਾਰਡਰ 'ਤੇ ਹੋ ਜਿੱਥੇ ਹਮੇਸ਼ਾ ਖਤਰੇ ਰਹਿੰਦੇ, ਮਾਣ ਤਾਂ ਮਹਿਸੂਸ ਕਰ ਰਹੇ ਹੋ ਨਾ ਤੁਸੀਂ ਕਿ ਮੇਰਾ ਬ੍ਰਦਰ ਆ ਉਹ ਦੇਸ਼ ਦੇ ਕੰਮ ਆਇਆ? ਮਾਣ ਹੀ ਯਾਰ। ਆਖਰੀ ਵਾਰ ਕਦੋਂ ਗੱਲ ਹੋਈ ਸੀ ਤੁਹਾਡੀ ਆਪਣੇ ਬ੍ਰਦਰ ਨਾਲ? ਮੇਰੀ ਹੋਈ ਸੀ 10 ਦਿਨ ਪਹਿਲਾਂ। ਕਹਿੰਦੇ ਮੈਂ ਫਾਰਵਰਡ 'ਚ ਜਾ ਰਿਹਾ ਕਿਤੇ, ਅਤੇ ਕਹਿੰਦੇ ਉੱਥੇ ਨੈਟਵਰਕ ਵਗੈਰਾ ਨਹੀਂ ਹੈ, ਅਤੇ ਘਰਦਿਆਂ ਦਾ ਖਿਆਲ ਰੱਖੀ, ਉੱਥੇ ਕੁਛ ਨਹੀਂ ਇੱਦਾਂ ਦੇ, ਉੱਥੇ ਗੱਲਬਾਤ ਹੈ ਬਸ। ਇਹ ਸ਼ਬਦ ਸੀ ਉਹਦੇ ਜਦੋਂ ਆਖਰੀ ਵਾਰ ਗੱਲ ਹੋਈ? ਬਸ ਇਹੀ ਗੱਲ ਹੋਈ। ਇਹ ਕਹਿੰਦਾ ਭਾਅ ਜੀ 15-16 ਦਿਨ ਵਾਸਤੇ ਚੱਲਾਂਗਾ, ਉਹ ਤਾਂ ਰੇਂਜ ਨਹੀਂ ਆਉਣੀ, ਅਤੇ ਮੈਂ ਆ ਕੇ ਥੱਲੇ ਆ ਕੇ ਗੱਲ ਕਰੂੰਗਾ, ਇੱਦਾਂ ਹੀ ਦੱਸ ਕੇ ਗਏ ਇਕੱਠੇ ਹੀ ਚੱਲਦੇ ਹਾਂ। ਚਮਸ਼ੇਰ ਸਿੰਘ ਜੀ, ਕਦੋਂ ਇਹ ਭਰਤੀ ਹੋਏ ਸੀਗੇ ਅਤੇ ਹੁਣ ਭਰਤੀ ਨੂੰ 8 ਸਾਲ ਹੋ ਗਏ, 9 ਸਾਲ ਜਾਂਦਾ ਹੈ। ਬਾਕੀ ਇਹਦੇ ਪੋਸਟਿੰਗ ਗਏ ਤਾਂ ਇਹ 2 ਮਹੀਨੇ ਤਾਂ ਹੋ ਗਏ, ਅਤੇ ਗਏ ਨੂੰ ਸਿੱਕਮ ਵਿੱਚ, ਉੱਥੇ ਹਾਦਸਾ ਵਾਪਰ ਗਿਆ। ਬੱਚਾ ਤੁਹਾਡਾ ਦੇਸ਼ ਲਈ ਸੇਵਾਵਾਂ ਦੇ ਰਿਹਾ ਸੀ, ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਦੇਸ਼ ਲਈ ਤੂੰ ਸੇਵਾਵਾਂ ਦੇ ਕੇ ਹੀ ਤਾਂ ਵਿਆਹ ਹੋਇਆ ਸੀ ਜੀ? ਹਾਂਜੀ ਵਿਆਹ ਹੋਇਆ ਵਾਲਾ। ਬੱਚੇ ਹੈਗੇ? ਬੱਚੇ ਗੁੱਡੀ ਹੈ ਜੀ, 1 ਸਾਲ ਦੀ, 15-16 ਮਹੀਨੇ ਦੀ। ਤੁਹਾਨੂੰ ਕਿਵੇਂ ਮੈਸੇਜ ਲੱਗਿਆ ਜੀ ਇਹਦੇ ਬਾਰੇ? ਮੈਸੇਜ ਹੁਣ ਕੀ ਕਹਿ ਸਕਦੇ, ਜੋ ਸਾਨੂੰ ਉੱਥੇ ਉਹਨਾਂ ਨੇ ਦੱਸਿਆ, ਸਾਨੂੰ ਤਾਂ ਦੱਸਿਆ ਵੀ ਪੈਰ ਫਿਸਲ ਗਿਆ, ਅਤੇ ਉੱਥੇ ਬਸ ਬਰਫ਼ ਤੋਂ ਸੱਟ ਲੱਗ ਗਈ ਹੈ, ਅਤੇ
ਬਾਕੀ ਹੁਣ ਕਿਆ ਕਹਿ ਸਕਦੇ ਅਸੀਂ ਕਿਆ ਤੁਹਾਨੂੰ ਫੋਨ ਆਇਆ ਸੀ ਅਰੇਂਜਮੈਂਟ ਤੋਂ ਜਾਂ ਕਿਵੇਂ ਆਏ ਸਾਨੂੰ ਕੱਲ੍ਹ 6 ਵਜੇ ਸਵੇਰੇ ਫੋਨ ਆਇਆ ਤਾਂ ਸੂਬੇਦਾਰ ਮੇਜਰ ਦਾ ਉਹਨਾਂ ਨੇ ਸਾਨੂੰ ਦੱਸਿਆ ਇੱਕਦਮ ਇਹ ਵੀ ਤੁਹਾਡਾ ਬੇਟਾ ਇੱਦਾਂ ਵੀ ਦੂਜਾ ਛੋਟਾ ਵੀ ਇੱਦਾਂ ਗਾ ਉਹਦੇ ਬਾਅਦ ਫਿਰ ਉਹਨਾਂ ਨੇ ਇਹਨਾਂ ਨੇ ਨਾਂ ਲਿਖਿਆ ਵੀ ਮੈਂ ਕਿਹਾ ਵੀ ਉਹ ਮੇਰੇ ਬੇਟੇ ਹੀ ਆ ਅਤੇ ਵਾਹ ਕਹਿੰਦੇ ਵੀ ਫਿਰ ਜਤਿੰਦਰ ਵੀ ਕਹਿੰਦਾ ਫਿਰ ਨਹੀਂ ਰਿਹਾ ਇੰਨੀ ਦੇਰ ਉਹਦੇ ਬਾਅਦ ਆਪਣੇ ਕੋਲ ਫੋਨ ਛੁੱਟ ਗਿਆ ਗੱਲਬਾਤ ਨਹੀਂ ਹੋਈ ਫਿਰ ਮਾਣ ਤਾਂ ਮਹਿਸੂਸ ਕਰ ਰਹੇ ਹੋ ਜੀ ਵੀ ਬੇਟਾ ਦੇਸ਼ ਦੇ ਕੰਮ ਆਇਆ ਜੀ ਸਾਡਾ ਆਪਣਾ ਤੁਹਾਡਾ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਚਲੋ ਉਹ ਤਾਂ ਹੁਣ ਰੋਸ਼ਨ ਤਾਂ ਕੀਤਾ ਹੀ ਹੈ ਮਾਂ ਬਾਪ ਦਾ ਵੀ ਕੀਤਾ ਹੀ ਹੈ ਬਾਕੀ ਤਾਂ ਹੁਣ ਉੱਪਰਾਲਾ ਜਾਣਦਾ ਜੀ ਫਕਰ ਮਹਿਸੂਸ ਕਰਦੇ ਫਕਰ ਮਹਿਸੂਸ ਮਾਣ ਤਾਂ ਮਹਿਸੂਸ ਕਰਦੇ ਹੋ ਨਾ ਜੀ ਅੱਜ ਤਾਂ ਮਹਿਸੂਸ ਕਰ ਰਿਹਾ ਤੁਹਾਨੂੰ ਯਾਰ ਉੱਤੇ ਇਸ ਲਈ ਯਾਦ ਹੋਇਆ ਜੀ